ਭਾਰਤੀ ਹਵਾਈ ਫੌਜ ਨੇ ਨਵੀਂ ਅਗਨੀਪਥ ਯੋਜਨਾ ਤਹਿਤ ਅਗਨੀ ਵੀਰਾਂ ਦੇ ਪਹਿਲੇ ਦਸਤੇ ਦੀ ਭਰਤੀ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਕਰ ਦਿੱਤੀ ਹੈ ਇੱਛੂ ਉਮੀਦਵਾਰ ਹਵਾਈ ਫੌਜ ਦੀ ਵੈੱਬਸਾਈਟ agnipathvayu.cdac.in 'ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਭਰ ਸਕਦੇ ਨੇ ਭਾਰਤੀ ਹਵਾਈ ਫੌਜ ਦੀ ਇੱਕ ਨੋਟੀਫਿਕੇਸ਼ਨ ਮੁਤਾਬਕ ਅਗਨੀ ਵੀਰਾਂ ਲਈ ਦਾਖਲੇ ਦੀ ਯੋਗਤਾ ਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਹਵਾਈ ਫੌਜ ਵਿੱਚ ਸਾਰੀਆਂ ਅਰਜ਼ੀਆਂ ਅਗਨੀਵੀਰ ਵాయੂ ਰਾਹੀ ਲਈਆਂ ਜਾਣਗੀਆਂ ਆਨਲਾਈਨ ਪ੍ਰੀਖਿਆ 24 ਤੋਂ 31 ਜੁਲਾਈ ਵਿਚਾਲੇ ਦੇਸ਼ ਭਰ ਦੇ 250 ਕੇਂਦਰਾਂ ਤੇ ਆਯੋਜਿਤ ਕੀਤੀ ਜਾਵੇਗੀ ਭਰਤੀ ਪ੍ਰਕਿਰਿਆ ਇਸ ਸਾਲ ਦੇ ਅਖੀਰ ਤੱਕ ਪੂਰੀ ਹੋ ਜਾਵੇਗੀ ਭਾਰਤੀ ਫੌਜ ਅਤੇ ਜਲ ਸੈਨਾ 1 ਜੁਲਾਈ ਤੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ